ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਲੰਮੇ ਅਰਸੇ ਤੋਂ ਕੋਲੋਰਾਡੋ ਡੈਨਵਰ ਦੇ ਏਰੀਆ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਨਾਂ 'ਚ ਅਸੀਂ ਦੇਖਦੇ ਰਹੇ ਹਾਂ ਕਿ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਕੁਝ ਆਗੂਆਂ ਨੇ ਕੁਝ ਨੁਮਾਇੰਦਿਆਂ ਨੇ ਰਲ ਕੇ ਗੁਰਦੁਆਰੇ ਦੀ ਚਾਰਦੀਵਾਰੀ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਕੋਸ਼ਿਸ਼ ਕੀਤੀ ਹੈ ਕਿ ਸਿੱਖ ਭਾਈਚਾਰੇ ਦੀ ਪਛਾਣ, ਸਿੱਖੀ ਦੇ ਬਾਰੇ ਜਾਣਕਾਰੀ ਨਾ ਸਿਰਫ ਸਾਡੀ ਅਗਲੀ ਜਨਰੇਸ਼ਨ ਨੂੰ ਬਲਕਿ ਜਿਹੜੇ ਮੁਲਕ 'ਚ ਤੁਸੀਂ ਆ ਕੇ ਵਸੇ ਹੋ ਜਾਂ ਸਾਡੀ ਅਗਲੀ ਜਨਰੇਸ਼ਨ ਅਮੈਰੀਕਾ 'ਚ, ਕੈਨੇਡਾ ਜਾਂ ਯੂਰਪ ਵਰਗੇ ਹੋਰ ਮੁਲਕਾਂ ਦੇ ਵਿੱਚ ਵੱਸ ਰਹੀ ਹੈ, ਉਹਨਾਂ ਨੂੰ ਇੱਥੇ ਦਰਪੇਸ਼ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੇ ਨਾਲ ਨਜਿੱਠਣ ਵਾਸਤੇ ਹੋਰ ਕਮਿਊਨਿਟੀਜ਼ ਨੂੰ ਵੀ ਸਿੱਖਜ਼ਮ ਬਾਰੇ ਪਤਾ ਲੱਗੇ, ਸਿੱਖ ਪਾਠ ਪੂਜਾ ਕਿੱਦਾਂ ਕਰਦੇ ਨੇ, ਸਿੱਖ ਵਿਚਰਦੇ ਕਿੱਦਾਂ ਨੇ, ਸਿੱਖ ਦਿੱਖ ਕੀ ਹੈ, ਸਿੱਖ ਪਹਿਰਾਵਾ ਕੀ ਹੈ। ਸੋ ਇਸ ਕੋਸ਼ਿਸ਼ ਨੂੰ ਕਰਨ ਲੱਗਿਆਂ ਸੁਰਖੀਆਂ ਦਾ ਹਿੱਸਾ ਰਹੇ ਸੀ ਕੋਲੋਰਾਡੋ ਸਿੱਖ ਔਰ ਡੈਨਵਰ ਸਿੱਖ ਗੁਰਦੁਆਰਾ। ਸੋ ਅਸੀਂ ਉਹਨਾਂ ਦੇ ਨੁਮਾਇੰਦਿਆਂ ਨੂੰ ਜਦੋਂ ਸ਼ਾਮ ਦੀ ਅਰਦਾਸ ਹੋਣੀ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਲਈ ਸੱਦਾ ਦਿੱਤਾ ਹੈ ਗੱਲਬਾਤ ਕਰਨ ਵਾਸਤੇ। ਜਤਿੰਦਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਦਿਲਪ੍ਰੀਤ ਜੀ ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਵਕਤ ਕੱਢਣ ਦੇ ਵਾਸਤੇ ਪਹਿਲਾਂ ਤਾਂ ਜੀ। ਥੈਂਕ ਯੂ ਜੀ ਤੁਹਾਡਾ। ਓਕੇ ਜਤਿੰਦਰ ਭਾਅ ਜੀ, ਮੈਂ ਇਹ ਜਾਣਨਾ ਚਾਹੁੰਦਾ ਸਭ ਤੋਂ ਪਹਿਲਾਂ ਲਾਸਟ ਈਅਰ ਤੁਸੀਂ ਇੱਕ ਪਲਾਨ ਕੀਤਾ ਸੀ ਜਿਹੜਾ ਅਸੀਂ ਦਰਸ਼ਕਾਂ ਨੂੰ ਦਿਖਾ ਚੁੱਕੇ ਹਾਂ ਕਿ ਤੁਸੀਂ ਮਾਈਲ ਹਾਈ ਚਰਚ ਦੇ ਨਾਲ ਕੋਆਰਡੀਨੇਟ ਕਰਕੇ ਇੱਕ ਪੂਰਾ ਕੀਰਤਨ ਦਰਬਾਰ ਵਰਗਾ ਮਾਹੌਲ ਜਿਹੜਾ ਹੈ ਉਹ ਚਰਚ ਦੇ ਵਿੱਚ ਸੈਲੀਬ੍ਰੇਟ ਕੀਤਾ ਸੀਗਾ। ਕੀ ਸੋਚ ਸੀ ਉਸ ਆਈਡੀਏ ਦੇ ਪਿੱਛੇ? ਮਤਲਬ ਪਹਿਲਾਂ ਤਾਂ ਉਹਦਾ ਸੀਡ ਕਿੱਥੋਂ ਜਨਰੇਟ ਹੁੰਦਾ ਆ ਅਤੇ ਕੀ ਸੋਚ ਕੇ ਸਾਰੇ ਲੋਕ ਕੋਆਰਡੀਨੇਟ ਕਰਦੇ ਹੋ ਔਰ ਉਹਨਾਂ ਦਾ ਹੁੰਗਾਰਾ ਜਿਹੜਾ ਉਹ ਕਿੱਦਾਂ ਬਣਿਆ ਸੀ? ਸੀਡ ਇਸ ਟਾਈਮ ਬਈ ਸਰਦਾਰ ਦਲਪ੍ਰੀਤ ਸਿੰਘ, ਉਹਨਾਂ ਨੇ ਬੜੀ ਮਿਹਨਤ ਕੀਤੀ ਉਸ ਵੇਲੇ ਸਾਰੇ ਜੋ ਕਮਿਊਨਿਟੀ ਦੇ ਚਰਚਿਜ਼ ਹੈ, ਇੰਗਲਿਸ਼ ਚਰਚ ਹੈ, ਉਹਨਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਅਰੇਂਜ ਕੀਤਾ ਸੀ। ਸਾਡਾ ਮੇਨ ਮਕਸਦ ਇਹ ਸੀ ਵੀ ਜੋ ਬਾਹਰ ਦੀ ਸੰਗਤ ਹੈ, ਜੋ ਬਾਹਰ ਸਿੱਖ ਸੰਗਤ ਨਹੀਂ ਪਰ ਦੂਜੀ ਜੋ ਸੰਗਤ ਹੈ ਉਹ ਦੇਖਣ ਵੀ ਅਸੀਂ ਕੀ ਕਰਦੇ ਹਾਂ, ਸਾਡੇ ਰਿਚੁਅਲਸ ਕੀ ਹੈ, ਅਸੀਂ ਬਾਬਾ ਜੀ ਨੂੰ ਕਿਵੇਂ ਲੈ ਕੇ ਆਉਂਦੇ, ਲੈ ਕੇ ਜਾਂਦੇ ਹਾਂ, ਕਿਵੇਂ ਰਿਸਪੈਕਟ ਦਿੰਦੇ ਉਹਨਾਂ ਨੂੰ। ਇਸ ਵਾਸਤੇ ਅਸੀਂ ਉਹ ਉਪਰਾਲਾ ਕੀਤਾ ਸੀ, ਵੈਰੀ ਸਕਸੈਸਫੁਲ। ਤੁਸੀਂ ਦੇਖਿਆ ਹੈਗਾ ਕਮ ਤੋਂ ਕਮ 2000 ਬੰਦਾ ਆਇਆ ਸੀ ਉੱਥੇ, 2000 ਨੂੰ ਅਸੀਂ ਲੰਗਰ ਖਵਾਇਆ ਸੀ ਸਾਰਿਆਂ ਨੇ ਮਿਲ ਕੇ, ਸਾਰੇ ਸਿੱਖ ਸੰਗਤਾਂ ਨੇ ਮਿਲ ਕੇ। ਥੋੜ੍ਹੀ ਕੰਟਰੋਵਰਸੀ ਵੀ ਹੋ ਗਈ ਸੀ ਪਰ ਉਹ ਦੂਰ ਦੀ ਗੱਲ ਹੈ, ਉਹ ਤੋਂ ਛੱਡੋ ਤੁਸੀਂ। ਬਟ ਇਹ ਸਾਡਾ ਉਪਰਾਲਾ ਸੀ ਤਾਂ ਕਿ ਅਸੀਂ ਦੂਜੇ ਕਮਿਊਨਿਟੀ ਨੂੰ ਦੱਸਣ ਵੀ ਅਸੀਂ ਵੀ ਸਿੱਖ ਹਾਂ, ਕਿਉਂਕਿ ਸਿੱਖਾਂ ਨਾਲ ਕਾਫੀ ਮਿਸਟੇਕ ਇਨ ਆਈਡੈਂਟੀ ਦੇ ਕੇਸਿਸ ਹੋ ਗਏ ਯੂਨਾਈਟਿਡ ਸਟੇਟਸ ਵਿੱਚ। ਸਾਡੀ ਸਭ ਤੋਂ ਵੱਡੀ ਮਜਬੂਰੀ ਹੈ, ਮਜਬੂਰੀ ਨਹੀਂ ਕਹਿ ਸਕਦਾ ਮੈਂ, ਸਭ ਤੋਂ ਵੱਡੀ ਜੋ ਡਰੋਬੈਕ ਹੈ, ਅਸੀਂ ਗੁਰਦੁਆਰੇ ਦੇ ਚਾਰ ਦੀਵਾਰਾਂ ਵਿੱਚ ਗੁਰੂ ਸਾਹਿਬ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ, ਅਸੀਂ ਉਹਨਾਂ ਨੂੰ ਬਾਹਰ ਨਹੀਂ ਲੈ ਕੇ ਜਾਂਦੇ। ਦੂਜੇ ਬੰਦਿਆਂ ਨੂੰ ਅਸੀਂ ਦੱਸਦੇ ਨਹੀਂ ਹਾਂ ਵੀ ਇਹ ਸਾਡੇ ਗੁਰੂ ਸਾਹਿਬ ਹੈ, ਇਹ ਸਾਡੀ ਰਿਚ, ਅਸੀਂ ਕੌਣ ਹੈ ਅਤੇ ਅਸੀਂ ਕਿਸ ਵਿੱਚ ਬਿਲੀਵ ਕਰਦੇ ਹਾਂ, ਤਾਂ ਕਰਕੇ ਅਸੀਂ ਇਹ ਉਪਰਾਲਾ ਕੀਤਾ ਸੀ ਪਿਛਲੇ ਸਾਲ। ਦਿਲਪ੍ਰੀਤ ਜੀ, ਦੁਨੀਆ ਦਾ ਹਰ ਧਾਰਮਿਕ ਬੰਦਾ ਇਹ ਕਹਿੰਦਾ ਆ ਕਿ ਇਹ ਵੈਸੇ ਆਮ ਐਥੀਅਸ ਲੋਕ ਇਹ ਚੈਲੇਂਜ ਦੇ ਤੌਰ 'ਤੇ ਕਹਿੰਦੇ ਨੇ ਮੇਰੇ ਅੱਗੇ ਕਿ ਮੇਰੇ ਧਰਮ ਨੂੰ ਛੱਡ ਕੇ ਬਾਕੀ ਸਾਰੇ ਧਰਮ ਐਵੇਂ ਹੀ ਨੇ, ਸੋ ਜਿਹੜੇ 'ਚ ਮੇਰਾ ਬਿਲੀਫ ਹੈ ਉਹ ਸਭ ਤੋਂ ਵਧੀਆ, ਸਭ ਤੋਂ ਲੋਜੀਕਲ ਹੈ, ਸਭ ਤੋਂ ਠੀਕ ਹੈ। ਸੋ ਇਹ ਬਿਲੀਫ ਸਿੱਖਾਂ ਦਾ ਵੀ ਆਪਣੀ ਥਾਂ 'ਤੇ ਹੈ, ਕ੍ਰਿਸਚਨਸ ਦਾ ਵੀ ਆਪਣੀ ਥਾਂ 'ਤੇ ਹੈ, ਤਾਂ ਦੋਵਾਂ ਦੀ ਕੋਆਰਡੀਨੇਸ਼ਨ ਕਿੱਦਾਂ ਹੋ ਸਕੀ? ਡਿਡ ਦੇ ਟੇਕ ਇਟ ਈਜ਼ੀ ਵੈਨ ਯੂ ਸਟਾਰਟ ਟਾਕਿੰਗ ਅਬਾਊਟ ਇਟ? ਵੈਲ, ਆਈ ਐਮ ਨੋਟ ਸ਼ੋਰ ਈਜ਼ੀ ਸੀ ਕਿ ਨਹੀਂ। ਸੋ ਪਹਿਲਾਂ ਤਾਂ ਤੁਹਾਨੂੰ ਦੱਸਾਂ ਵੀ ਜਿਹੜਾ ਕਾਨਸੈਪਟ ਹੋਇਆ ਸੀਗਾ ਇਹ ਇੰਟਰਫੇਥ ਥਾਣੀ ਹੋਇਆ ਸੀਗਾ, ਅਸੀਂ ਇਕੱਠੇ ਹੋਏ ਇੰਟਰਫੇਥ ਅਲਾਇੰਸ ਥਾਣੀ ਅਤੇ ਉਹਨਾਂ ਨੇ ਇੰਟਰਡਕਸ਼ਨਸ ਕੀਤੀਆਂ ਸੀਗੀਆਂ ਅਤੇ ਵੀ ਹੈਡ ਅ ਲੋਂਗ ਕਾਨਵਰਸੇਸ਼ਨ ਵੀ ਇਹ ਕਿੱਦਾਂ ਦੀ ਹਾਲਾਤ ਇਸ ਵੇਲੇ ਕਿੱਦਾਂ ਦੇ ਨੇ, ਕੀ ਹੋ ਰਿਹਾ ਅਮੈਰੀਕਾ ਦੇ ਵਿੱਚ, ਕਨਫਿਊਜ਼ਨ ਕਿਹੜੀਆਂ ਚੀਜ਼ਾਂ ਬਾਰੇ ਹੈਗਾ ਆ, ਐਂਡ ਵਟਸ ਗੋਇੰਗ ਔਨ ਇਨ ਦਾ ਰਿਲੇਟਿਵ ਇਨਵਾਇਰਮੈਂਟ ਐਂਡ ਪੋਲੀਟੀਕਲ ਇਨਵਾਇਰਮੈਂਟ ਵਿੱਚ ਕੀ ਹੋ ਰਿਹਾ ਐਸ ਵੈਲ। ਸੋ ਐਟ ਦੈਟ ਟਾਈਮ ਵੀ ਗਾਟ ਟੁਗੈਦਰ ਐਂਡ ਉਹਨਾਂ ਦਾ ਪਾਸਚਰ ਜਿਹੜਾ ਸੀਗਾ ਸ਼ੈਨਨ ਹਰਲੀ, ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਵੀ ਜੇ ਤਾਂ ਤੁਸੀਂ ਪ੍ਰੋਪਰਲੀ ਸਰਵਿਸ ਕਰਨੀ ਹੈਗੀ ਹੈ ਤਾਂ ਇਟ ਵੁੱਡ ਬੀ ਅ ਗੁੱਡ ਆਈਡੀਆ ਵੀ ਪੂਰਾ ਦਾ ਪੂਰਾ ਪਲਾਨ ਕਰਨਾ, ਐਂਡ ਸਾਰੇ ਜਿਹੜੇ ਹੈਗੇ ਆ ਸਾਡੇ ਜਿਹੜੇ ਆਪਣੇ ਮਾਹੌਲ ਹੈਗਾ ਆ ਸਮਝਾਉਣ ਲਈ, ਕਿ ਸਾਡਾ ਕੋਲੋਰਾਡੋ ਸਿੱਖਸ ਦਾ ਮੇਨ ਪਰਪਸ ਇਜ਼ ਐਜੂਕੇਸ਼ਨ, ਠੀਕ ਹੈ ਨਾ। ਸੋ ਐਜੂਕੇਸ਼ਨ ਪਹਿਲਾ ਪਰਪਸ ਹੋ ਗਿਆ ਅਤੇ ਇੰਗੇਜਮੈਂਟ ਸੈਕਿੰਡ ਹੋ ਗਿਆ ਪਰਪਸ, ਅਤੇ ਥਰਡ ਪਰਪਸ ਜਿਹੜਾ ਹੈਗਾ ਇਜ਼ ਵੀ ਸਰਵਿਸ ਜਾਂ ਸੇਵਾ ਕਰਨੀ। ਸੋ ਜਿਹੜਾ ਸਾਰਾ ਓਬਜੈਕਟਿਵ ਸੀਗਾ ਵੀ ਇਕੱਠੇ ਬੈਠ ਕੇ ਅਸੀਂ ਗੱਲ ਕੀਤੀ ਵੀ ਇਹ ਸਾਰੀਆਂ ਸੈਂਸਿਟਿਵਿਟੀਜ਼ ਜਿਹੜੀਆਂ ਹੈਗੀਆਂ ਆ ਦੂਜੇ ਚਰਚ ਦੇ ਵਿੱਚ ਵੀ ਅਤੇ ਸਾਡੇ ਗੁਰਦੁਆਰੇ ਦੇ ਵਿੱਚ, ਉਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਵੀ, ਉਹਨੂੰ ਕੀ ਕਰਨਾ, ਕਿੱਦਾਂ ਸਮੂਥ ਕਰਨੇ ਇਸ਼ੂਜ਼। ਅਤੇ ਬਾਏ ਦਾ ਵੇ ਸਰ, ਇਨਫੈਕਟ 2000 ਬੰਦੇ ਚਰਚ ਦੇ ਵਿੱਚ ਨੇ ਸ਼ੂਜ਼ ਬਾਹਰ ਉਤਾਰ ਕੇ ਰੱਖੇ, ਹੁਣ ਉਹਨਾਂ ਨੇ ਕਦੀ ਨਹੀਂ ਇੱਦਾਂ ਦੀ ਚੀਜ਼ ਕੀਤੀ ਸੀ, ਉਹਨਾਂ ਦੀ ਕੋਆਰਡੀਨੇਸ਼ਨ 2000 ਬੰਦਿਆਂ ਲਈ, ਇਟ ਵਾਜ਼ ਅਮੇਜ਼ਿੰਗ ਵੀ ਉਹਨਾਂ ਨੇ ਸ਼ੂਜ਼ ਕਿੱਦਾਂ ਉਤਾਰਨੇ, ਸਿਰ ਕਿੱਦਾਂ ਢੱਕਣਾ ਆ। ਅਸੀਂ ਸਾਰੇ ਹੈੱਡ ਕਵਰਿੰਗਸ ਵੀ ਪ੍ਰਪੇਅਰ ਕੀਤੇ ਉਦੋਂ ਇਸ ਗਰੁੱਪ ਲਈ। ਸੋ ਇਟ ਵਾਜ਼ ਅ ਮੇਜਰ ਐਕਸਰਸਾਈਜ਼ ਅਤੇ ਖੂਬ ਸਾਰੀਆਂ ਨੈਗੋਸ਼ੀਏਸ਼ਨਸ ਹੋਈਆਂ ਬੈਕ ਐਂਡ ਫੋਰਥ, ਐਂਡ ਫਾਈਨਲੀ ਡਿਸਾਈਡ ਕੀਤਾ ਵੀ ਇਹ ਪ੍ਰੋਗਰਾਮ ਕਿੱਦਾਂ ਹੋਣਾ ਆ। ਸੋ ਇਟ ਵਾਜ਼ ਨਾਟ ਐਨ ਈਜ਼ੀ ਥਿੰਗ ਟੂ ਡੂ, ਬਟ ਦ ਫੈਕਟ ਇਜ਼ ਵੀ ਕਮਿਊਨਿਟੀਜ਼ ਜਿਹੜੀਆਂ ਸੀ ਦੋਨੋਂ, ਵੀ ਰੀਅਲਾਈਜ਼ਡ ਵੀ ਅਨਲੈਸ ਵੀ ਐਕਚੁਲੀ ਕੰਪਰੋਮਾਈਜ਼ ਥੋੜ੍ਹਾ ਬਹੁਤ ਔਨ ਈਚ ਸਾਈਡ,
it's not going to happen. This type of service is not going to happen. So pehli wari it was in a church bhi inna khul unna ne dil kholya church nu kholya platform te assi unna de jada hai unna de equivalent of diwan unne te saaf sanu keh ditta bhi tusi sade diwan te karan lagge ho us keh bhi thank you ji you know so the objective was dikhan nu bhi apa kaun hai gaye but you're right ede vich there were so many negotiations and long conversations to make sure bhi dono communities jehdi hai gaye unna da respect hoye and bhi dono communities jehdi oh comfortable honi da te cheez te naal so that was it because the Guru Granth Sahib is the most sacred aspect of Sikhism there must not be any dirt whatsoever on the ground when Guruji is brought into the gurdwara So this is why they lay down floor coverings. Also, members of the congregation from our Sikh community are now preparing a beautiful place for the Guruji to be set down. When all is ready and the Guruji is brought in on the head of the Gyaniji or spiritual teacher, the reason for this, you will see this, and the reason for this is to keep the Guru at the highest point in the room. And as the Guruji is being brought in, water is sprinkled on the floor in front of the Guruji, and a whisk is constantly moved back and forth to keep the air clean for the Guru Granth Sahib. You will also notice that out of respect for the Guruji, no one turns their back on the sacred scriptures. We ask that you refrain from any filming or photography during the service. The entrance and exits of the Guru Granth Sahib are meant to be done in sacred silence. So please do refrain from any applause until the service is over. And so now I give you the Sikh temple at Mile High Church. Jitinder Pal ji, main hun vi dekh sakke hatya jadon andar ਅਰਦਾਸ ਦੀ ਔਰ ਕੀਰਤਨ ਦੀ ਤਿਆਰੀ ਹੋ ਰਹੀ ਹੈ ਉਸ ਵੇਲੇ ਵੀ ਸਾਰੇ ਨੌਜਵਾਨ ਬੱਚੇ ਨੇ ਜਿਹੜੇ ਇਸ ਵੇਲੇ ਕੰਮ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਆਮ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਗਲੀ ਜਨਰੇਸ਼ਨ ਨੂੰ ਇਹ ਉਲਾਂਭਾ ਰਹਿੰਦਾ ਆ ਕਿ ਧੌਲੀਆਂ ਦਾੜੀਆਂ ਵਾਲੇ ਸਾਨੂੰ ਕਿਤੇ ਕੁਛ ਕਰ ਨਹੀਂ ਦਿੰਦੇ ਇੱਥੇ ਨਵੇਕ ਲੈ ਕੇ ਤੁਸੀਂ ਦੋ ਹੀ ਧੌਲੀਆਂ ਵਾਲੇ ਨੇ ਬਾਕੀ ਸਾਰੇ ਬੱਚੇ ਆ ਯੰਗ ਜਨਰੇਸ਼ਨ ਹੈਗੀ ਆ ਉਹ ਕੋਆਰਡੀਨੇਸ਼ਨ ਕਿੰਨੀ ਕੁ ਔਖੀ ਹੈ ਜਾਂ ਕਿੰਨੀ ਸੌਖੀ ਹੈ ਐਕਚੁਲੀ ਬੜੀ ਸੌਖੀ ਹੈ ਕਿਉਂਕਿ ਤੁਸੀਂ ਬੱਚਿਆਂ ਨੂੰ ਜੇ ਤੁਸੀਂ ਇਨਵੋਲਵ ਕਰੋ ਨਾ ਆਪਣੀ ਕਮਿਊਨਿਟੀ ਦੇ ਜੋ ਵੀ ਕੰਮ ਤੁਸੀਂ ਕਰਨਾ ਹੈ ਮੇਰਾ ਖਿਆਲ ਉਹਨਾਂ ਨੂੰ ਆਗੂ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਉਹਨਾਂ ਨੂੰ ਆਗੂ ਰੱਖੋ ਉਹਨਾਂ ਨੂੰ ਸਮਝ ਆਉਂਦੀ ਹੈ ਉਹ ਅੱਗੇ ਫਿਰ ਪ੍ਰਜੈਂਟ ਕਰ ਸਕਦੇ ਹੈ ਆਪਣੇ ਫਰੈਂਡਸ ਨੂੰ ਆਪਣੇ ਸਕੂਲ ਵਿੱਚ ਚਰਚ ਵਿੱਚ ਜਿੱਥੇ ਆਈ ਮੀਨ ਕਾਲਜ ਜਿੱਥੇ ਵੀ ਉਹ ਪੜ੍ਹਦੇ ਹੈ ਜਾਂ ਆਪਣੇ ਕੰਮ 'ਤੇ ਇਸ ਵਾਸਤੇ ਅਸੀਂ ਬੱਚਿਆਂ ਨੂੰ ਪਹਿਲੇ ਅੱਗੇ ਕਰਦੇ ਹੈ ਬਾਅਦ ਵਿੱਚ ਫਿਰ ਦੂਜੇ ਕੰਮ ਠੀਕ ਹੈ ਥੋੜ੍ਹੇ ਸਰਦਾਰ ਪੂਰੇ ਸਰਦਾਰ ਨਹੀਂ ਹੈ ਬਟ ਅਗੇਨ ਅਮੈਰੀਕਾ ਕੈਨੇਡਾ ਵੀ ਤੁਸੀਂ ਦੇਖੋ ਗੁਰਦੁਆਰੇ ਜਾ ਕੇ ਅੱਧੀ ਤੋਂ ਵੱਧ ਜਨਤਾ ਜੋ ਹੁੰਦੀ ਹੈ ਉਹ ਪੱਗ ਤੋਂ ਬਿਨਾਂ ਹੁੰਦੀ ਹੈ ਜਾਂ ਪੱਗ ਹੁੰਦੀ ਹੈ ਬਟ ਵਾਲ ਨਹੀਂ ਹੁੰਦੇ ਬਟ ਅਗੇਨ ਚੇਂਜਿਸ ਹੈ ਉਹਨਾਂ ਦੇ ਚੈਲੰਜਸ ਜੋ ਵੀ ਹੈ ਉਹਨਾਂ ਦੇ ਉਹਨਾਂ ਨੂੰ ਅਸੀਂ ਐਕਸੈਪਟ ਕਰਨਾ ਚਾਹੀਦਾ ਅਤੇ ਨੈਕਸਟ ਜਨਰੇਸ਼ਨ ਦੇ ਕੁਐਸਚਨਸ ਵੀ ਬਹੁਤ ਟਫ ਹੁੰਦੇ ਨੇ ਅਤੇ ਉਹਨਾਂ ਦਾ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਅਦਰਵਾਈਜ਼ ਉਹ ਕਨਵਿੰਸ ਨਹੀਂ ਹੁੰਦੇ ਸੋ ਕਿੱਦਾਂ ਦੇ ਚੈਲੰਜਸ ਤੁਹਾਨੂੰ ਉੱਥੇ ਆਉਂਦੇ ਨੇ ਬੱਚੇ ਇਹ ਪੁੱਛਦੇ ਆ ਵੀ ਅਸੀਂ ਆਉਂਦੇ ਹਾਂ ਮੱਥਾ ਟੇਕਦੇ ਹਾਂ ਪ੍ਰਸ਼ਾਦ ਕਿਉਂ ਲੈਂਦੇ ਹਾਂ ਪ੍ਰਸ਼ਾਦ ਅਸੀਂ ਉਹਦਾ ਮਹੱਤਵਾ ਕੀ ਹੈ ਉਹਦਾ ਕੀ ਇੰਪੋਰਟੈਂਸ ਹੈ ਉਹਦਾ ਫਿਰ ਉਹਨਾਂ ਨੂੰ ਅਸੀਂ ਸਮਝਾਉਣਾ ਪੈਂਦਾ ਵੀ ਪ੍ਰਸ਼ਾਦ ਦਾ ਇਹ ਮਹੱਤਵ ਹੈ ਫਿਰ ਕਹਿੰਦੇ ਵੀ ਤੁਸੀਂ ਲੰਗਰ ਵਿੱਚ ਖਾਲੀ ਵੈਜੀਟੇਰੀਅਨ ਫੂਡ ਕਿਉਂ ਰੱਖਦੇ ਫਿਰ ਉਹਦੇ ਬਾਰੇ ਵੀ ਦੱਸਣਾ ਪੈਂਦਾ ਉਹਨਾਂ ਨੂੰ ਵੀ ਕੀ ਕਰਨਾ ਹੈ ਛੋਟੇ ਛੋਟੇ ਚੀਜ਼ਾਂ ਜੋ ਸਾਡੇ ਵਾਸਤੇ ਰਿਚੁਅਲ ਆ ਸਾਡੇ ਵਾਸਤੇ ਨੋਰਮਲ ਹੈ ਕਿਉਂਕਿ ਅਸੀਂ ਕਦੀ ਕੁਐਸਚਨ ਨਹੀਂ ਕੀਤਾ ਉਹਨਾਂ ਨੂੰ ਬੱਚੇ ਕੁਐਸਚਨ ਕਰਦੇ ਆ ਕਿਉਂਕਿ ਇੱਥੇ ਦੇ ਬੱਚੇ ਬਾਹਰ ਦੇ ਬੱਚੇ ਕਾਫੀ ਇੰਟੈਲੀਜੈਂਟ ਹੈ ਅਤੇ ਉਹਨਾਂ ਨੂੰ ਆਪਣੀ ਜੋ ਉਹਨਾਂ ਨੂੰ ਜੋ ਸੈਟਿਸਫੈਕਸ਼ਨ ਨਹੀਂ ਮਿਲੇਗੀ ਜਦ ਤੱਕ ਉਸ ਲਈ ਤੁਸੀਂ ਨਹੀਂ ਸਕਸੀਡ ਕਰ ਸਕਦੇ ਓਕੇ ਦਿਲਪ੍ਰੀਤ ਜੀ ਮੈਂ ਇਹ ਜਾਣਨਾ ਚਾਹੁੰਦਾ ਆਮ ਤੌਰ ਦੇ ਉੱਤੇ ਇੱਕ ਉਲਾਂਭਾ ਜਿਹੜਾ ਆ ਉਹ ਜਦੋਂ ਅਸੀਂ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਕੇ ਹਟੇ ਨੇ ਬਹੁਤ ਜ਼ਿਆਦਾ ਦੇਰ ਨਹੀਂ ਹੋਈ ਜਦੋਂ ਅਸੀਂ ਸਾਡੀ ਸਿਚੁਏਸ਼ਨ ਦੇਖਦੇ ਹਾਂ ਅਸੀਂ ਆਪਣਾ ਰੋਣਾ ਰੋਂਦੇ ਹਾਂ ਜੀ ਸਾਡੀ ਜਿਹੜੀ ਲੁੱਕ ਹੈ ਸਾਡੀ ਆਊਟਲੁੱਕ ਹੈ ਉਹਨੂੰ ਚੈਲੇਂਜ ਆ ਰਿਹਾ ਆ ਤਾਂ ਦੂਜੇ ਪਾਸੇ ਸਾਡੀ ਆਪਣੀ ਵੀਕਨੈਸ ਬਹੁਤ ਵੱਡੀ ਸਾਹਮਣੇ ਨਜ਼ਰ ਆਉਂਦੀ ਹੈ ਮੈਕਸੀਕਨ ਕਮਿਊਨਿਟੀ ਦੇਖ ਲਓ ਤੁਸੀਂ ਐਫਰੋ ਅਮੈਰੀਕਨ ਕਮਿਊਨਿਟੀ ਦੇਖ ਲਓ ਤੁਸੀਂ ਹੋਰ ਵੀ ਕੋਈ ਕਲਰਡ ਕਮਿਊਨਿਟੀ ਦੇਖ ਲਓ ਸਭ ਦੀ ਆਪਣੀ ਵੋਟ ਬੈਂਕ ਆਪਣੀ ਲੌਬੀ ਤਗੜੀ ਹੈ ਜਦਕਿ ਇੰਡੀਅਨਸ ਦੀ ਘੱਟ ਹੈ ਉਹਨਾਂ 'ਚੋਂ ਸਿੱਖਾਂ ਦੀ ਪੰਜਾਬੀਆਂ ਦੀ ਬਿਲਕੁਲ ਹੀ 2% ਤੋਂ ਹੇਠਾਂ ਜਾ ਡਿੱਗਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਉਹ ਵੀ ਇੱਕ ਬਹੁਤ ਵੱਡੇ ਔਰ ਸੈਪਰੇਟ ਕੈਂਪੇਨ ਦੀ ਲੋੜ ਹੈ ਸੋ ਆਈ ਥਿੰਕ ਮੇਰਾ ਪਰਸਪੈਕਟਿਵ ਇਸ ਚੀਜ਼ 'ਤੇ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਵੀਰ ਜੀ ਯੂ ਨੋ ਆਪਣੀ ਕਮਿਊਨਿਟੀ ਜਿਹੜੀ ਹੈਗੀ ਉਹ ਜਿੱਥੇ ਵੀ ਜਾਂਦੀ ਉਹ ਮਿਨੋਰਿਟੀ 'ਚ ਹੈਗੀ ਹੈ ਜਿੱਥੇ ਵੀ ਜਾਂਦੀ ਹੈ 2% ਤੋਂ ਘੱਟ ਹੈਗੀ ਆ ਇਟ ਡਜ਼ਨਟ ਮੈਟਰ ਕਿੱਥੇ ਹੈ ਪਰ ਆਈ ਥਿੰਕ ਹੁੰਦਾ ਕੀ ਹੈ
ਵੀ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਸਟਰੈਂਥ ਬਹੁਤ ਹੈ, ਆਪਾਂ ਉਸ ਸਟਰੈਂਥ ਨੂੰ ਅੰਡਰ ਐਸਟੀਮੇਟ ਕਰਦੇ ਹਾਂ ਅਤੇ ਹੁੰਦਾ ਕੀ ਹੈ ਵੀ ਵੀ ਡੂ ਨਾਟ ਰੀਚ ਆਊਟ ਟੂ ਦੀ ਅਦਰ ਕਮਿਊਨਿਟੀਜ਼ ਐਂਡ ਆਈ ਕਾਲ ਇਟ ਬੀ ਸਟੇਇੰਗ ਵਿਦ ਇਨ ਦਾ ਗੁਰਦੁਆਰਾ ਹੁੰਦਾ ਕਿ ਵੀ ਇਫ ਯੂ ਸਟੇ ਇਨਸਾਈਡ ਦਾ ਗੁਰਦੁਆਰਾ ਅਤੇ ਆਪਸ 'ਚ ਹੀ ਗੱਲ ਕਰੀ ਜਾ ਰਹੇ ਹੋ ਤੁਹਾਡਾ ਜਿਹੜਾ ਇਨਫਲੂਐਂਸ ਹੈਗਾ ਉਹ ਇੰਨਾ ਨਹੀਂ ਵੱਧਦਾ, ਠੀਕ ਹੈ ਨਾ? ਸੋ ਆਈ ਥਿੰਕ ਜਿਹੜੇ ਕਿ ਆਪਣੀ ਕਮਿਊਨਿਟੀ ਜਿਹੜੀ ਹੈਗੀ ਹੈ ਐਸ ਵੀ ਡੂ ਮੋਰ ਐਂਡ ਮੋਰ ਇੰਟਰਫੇਥ, ਸੋ ਜਿਹੜਾ ਕਿ ਹੁਣ ਜਿੱਦਾਂ ਮਾਇਲ ਹਾਈ ਚਰਚ ਵਾਲਾ ਇਵੈਂਟ ਸੀਗਾ ਐਂਡ ਸਮ ਦੀ ਅਦਰ ਇਵੈਂਟਸ ਜਿਹੜੇ ਕਿ ਅਸੀਂ ਕੀਤੇ ਜਿਹਨਾਂ ਦਾ ਸਕਸੈਸ ਸੀ, ਇਟ ਵਾਜ ਥਰੂ ਇੰਟਰਫੇਥ, ਜਿੱਥੇ ਕਿ ਦੂਜੀਆਂ ਕਮਿਊਨਿਟੀਜ਼ ਨੂੰ ਜਾ ਕੇ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਨੂੰ ਸਮਝਾਉਣਾ ਅਸੀਂ ਕੀ ਹੈਗੇ ਹਾਂ, ਐਂਡ ਦੈਨ ਐਸ ਦੇ ਬਿਗਿਨ ਟੂ ਅੰਡਰਸਟੈਂਡ ਹੂ ਵੀ ਆਰ, they become very comfortable. And at that point in time, it becomes very easy to influence. So I would argue be Colorado de vich, because assi inne heavily involved hai in different areas de vich, it's amazing kinna influence hai ga. Now politically, is it where we would want it to be? I would say no. But I think je correct steps liye, that it doesn't take long for us to have a major impact. I will use, recently, pichle saal, you may be aware, itthe our Department of Motor Vehicles de vich, ek apna sikh gaya. ਉਹਨਾਂ ਨੇ ਉਹਨੂੰ ਦੱਸਿਆ ਵੀ ਤੈਨੂੰ ਪਗੜੀ ਉਤਾਰਨੀ ਪੈਣੀ ਹੈ। ਐਟ ਦੈਟ ਪੁਆਇੰਟ ਇਨ ਟਾਈਮ ਵੀ ਗਾਟ ਹੋਲਡ ਆਫ ਦ ਡਿਪਾਰਟਮੈਂਟ ਆਫ ਜਸਟਿਸ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਂਡ ਅਦਰਸ, ਉਹਨਾਂ ਨਾਲ ਗੱਲਬਾਤ ਕਰਕੇ ਅਤੇ ਵੀ ਹੈਡ ਦ ਰੂਲਸ ਚੇਂਜ, ਨਾਟ ਓਨਲੀ ਹੀਅਰ ਇਨ ਕੋਲੋਰਾਡੋ ਬਟ ਇਨ ਦੀ ਅਦਰ 37 ਸਟੇਟਸ, ਬਿਕੋਜ਼ ਉਦੋਂ ਕਨਫਿਊਜ਼ਨ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਰੂਲਸ ਕੀ ਨੇ, ਸੋ ਦੇ ਵਰ ਕਾਜ਼ਿੰਗ ਕਨਫਿਊਜ਼ਨ ਆਪਣੀ ਕਮਿਊਨਿਟੀ ਲਈ। ਸੋ ਆਈ ਵੁੱਡ ਸੇ ਵੀ ਜਿਹੜਾ ਕਿ ਆਪਣੀ ਕਮਿਊਨਿਟੀ ਹੈਗੀ ਆ ਆਪਾਂ ਰੋ ਸਕਦੇ ਹਾਂ ਵੀ ਹੈ ਨਹੀਂ, ਪਰ ਦੀ ਅਦਰ ਵੇ ਟੂ ਲੁੱਕ ਐਟ ਇਟ ਇਜ਼ ਵੀ ਗੁਰੂ ਜੀ ਨੇ ਆਪਾਂ ਨੂੰ ਇੰਨਾ ਕੁਛ ਦਿੱਤਾ ਹੈਗਾ ਆ, ਵੀ ਯੂਜ਼ ਦੋਜ਼ ਸਟਰੈਂਥਸ ਦੈਟ ਵੀ ਹੈਵ ਐਂਡ ਵੀ ਗੈਟ ਆਊਟ ਐਂਡ ਵੀ ਇਨਫਲੂਐਂਸ ਐਸ ਬੈਸਟ ਐਸ ਵੀ ਕੈਨ ਐਂਡ ਗੈਟ ਵਟ ਇਜ਼ ਰਾਈਟ ਫੋਰ ਸਿੱਖਸ ਐਸ ਵੈਲ ਐਸ ਫੋਰ ਅਦਰ ਮੈਂਬਰਸ ਆਫ ਆਰ ਅਦਰ ਕਮਿਊਨਿਟੀਜ਼ ਐਸ ਵੈਲ, ਕਿ ਸਿੱਖ ਜਿਹੜਾ ਆ ਹੀ ਡਸਨਟ ਡੂ ਇਟ ਜਸਟ ਫੋਰ ਹਿਮਸੈਲਫ, ਦੀ ਓਬਜੈਕਟਿਵ ਇਜ਼ ਟੂ ਡੂ ਇਟ ਫੋਰ ਦਾ ਬਰਾਡਰ ਕਮਿਊਨਿਟੀ ਐਸ ਵੈਲ। ਸੋ ਵੈਰੀ ਗੁੱਡ ਲੋਂਗ ਟਰਮ ਗੋਲ। ਮੈਂ ਆਪਣੇ ਪਿਛਲੇ ਕੁਐਸਚਨ ਨੂੰ ਰੀਫਰੇਜ਼ ਕਰਕੇ ਜਤਿੰਦਰ ਭਾਅ ਜੀ ਕੋਲ ਫੇਰ ਆਊਂਗਾ। ਕਾਰਨ ਇਹ ਕਿ ਅਸੀਂ ਕੈਨੇਡਾ ਦੇ ਵਿੱਚ ਇੱਕ ਪੂਰੇ ਸਰੂਪ ਵਾਲੇ ਇਨਸਾਨ ਨੂੰ ਡਿਫੈਂਸ ਮਿਨਿਸਟਰ ਦੇਖ ਚੁੱਕੇ ਹਾਂ। 4 ਦਿਨ ਪਹਿਲਾਂ ਹੋਈਆਂ ਇਲੈਕਸ਼ਨਸ ਦੇ ਵਿੱਚ ਤੁਸੀਂ UK ਦੇ ਵਿੱਚ ਪਹਿਲੇ ਪਗੜੀਧਾਰੀ ਸਿੱਖ ਨੂੰ ਜਾਂਦਾ ਵੇਖ ਰਹੇ ਹੋ, ਇੱਕ ਸਿੱਖ ਔਰਤ ਨੂੰ ਜਾਂਦਾ ਵੇਖ ਰਹੇ ਹੋ। ਇੱਥੇ ਦਲੀਪ ਸਿੰਘ ਸੌਂਧ ਅੱਜ ਤੋਂ ਕਈ ਦਹਾਕੇ ਪਹਿਲਾਂ ਪਹੁੰਚਦੇ ਨੇ ਸੈਨੇਟ ਦੇ ਵਿੱਚ, ਪਰ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਗੈਪ ਆਉਂਦਾ ਹੈ। ਵਟ ਯੂ ਥਿੰਕ, ਉਹ ਗਲਤੀ ਕਿਹਦੀ, ਕਿੱਥੇ, ਕਿੱਦਾਂ ਹੋਈ ਹੈ? ਮੇਰੇ ਖਿਆਲ ਨਾਲ ਗਲਤੀ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਕਦੇ ਪੋਲੀਟੀਕਲ ਇਨਵਾਇਰਮੈਂਟ ਵਿੱਚ ਜਾਣ ਨਹੀਂ ਦਿੰਦੇ। ਅਸੀਂ ਚਾਹੁੰਦੇ ਹਾਂ ਵੀ ਸਾਡਾ ਬੱਚਾ ਜਾਂ ਤਾਂ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਜਾਂ ਖੂਬ ਪੈਸਾ ਕਮਾਏ, ਬਟ ਅੱਧੇ ਵਿੱਚ ਐਸਾ ਹੈ ਵੀ ਅਸੀਂ ਆਪਣੀ ਜੋ ਸਿੱਖੀ ਵਾਸਤੇ, ਜੋ ਸਿੱਖ ਕਮਿਊਨਿਟੀ ਵਾਸਤੇ ਜੋ ਕਰ ਸਕਦੇ ਹਾਂ ਉਹ ਨਹੀਂ ਕਰ ਸਕਦੇ, ਕਿਉਂਕਿ ਅਸੀਂ ਕਿਸੇ ਨੂੰ ਆਗੂ ਨਹੀਂ ਬਣਾਉਂਦੇ। ਜੇ ਅਸੀਂ ਬੱਚਿਆਂ ਨੂੰ ਪਹਿਲੇ ਕਹੋ ਵੀ ਉਹਨਾਂ ਵਿੱਚ ਪੋਲੀਟੀਕਲ ਐਸਪੀਰੇਸ਼ਨ ਪਹਿਲੇ ਤੋਂ ਹੀ ਪਾ ਦਿਓ ਵੀ ਤੁਸੀਂ ਜਾ ਕੇ ਅੱਗੇ ਜਾ ਕੇ ਸਕੂਲ ਦੀ ਇਲੈਕਸ਼ਨ ਕਰੋ, ਕਾਲਜ ਦੀ ਇਲੈਕਸ਼ਨ ਕਰੋ, ਕਿਉਂਕਿ ਉੱਥੋਂ ਦੈਟਸ ਅ ਸਟਾਰਟ, ਉੱਥੋਂ ਤੁਸੀਂ ਸਟਾਰਟ ਕਰਦੇ ਹੋ ਵੀ ਤੁਹਾਡੀ ਪੋਲੀਟੀਕਲ ਕੈਂਪੇਨ ਤੁਸੀਂ ਕਿਵੇਂ ਵਧਾਉਣਾ ਹੈ। ਅੱਗੇ ਜਾ ਕੇ ਫਿਰ ਤੁਸੀਂ ਪੋਲੀਟੀਕਲੀ ਹੌਲੀ ਹੌਲੀ, ਆਫਕੋਰਸ ਇਟਸ ਈਜ਼ੀ ਸਟੈਪ ਨਹੀਂ ਹੈ, ਡਿਫੀਕਲਟ ਸਟੈਪ ਹੈ, ਕਿਉਂਕਿ ਵੀ ਗੈਟਿੰਗ ਟੂ ਯੂਜ਼ ਟੂ ਆਫ ਸਟੇਇੰਗ ਸਿਕਿਓਰ ਐਂਡ ਹੈਪੀ। ਐਗਜੈਕਟਲੀ, ਅਸੀਂ ਜਿਵੇਂ ਮੈਂ ਪਹਿਲੇ ਦੱਸਿਆ, ਅਸੀਂ 4 ਗੁਰਦੁਆਰੇ, 4 ਦੀਵਾਰਾਂ ਗੁਰਦੁਆਰੇ ਵਿੱਚ ਜਾ ਕੇ ਲੰਗਰ ਖਾ ਕੇ ਖੁਸ਼ ਹੈ, ਲੰਗਰ ਖਾ ਕੇ ਘਰ ਜਾ, ਕੰਮ ਖਤਮ ਹੋਏ, ਬਾਕੀ ਦੁਨੀਆਂ ਦੀ ਅਸੀਂ ਜ਼ਿਆਦਾ ਇਹ ਇਨਵੋਲਵਮੈਂਟ ਨਹੀਂ ਕਰਦੇ ਅਸੀਂ ਆਪਣੇ ਬੱਚਿਆਂ ਨੂੰ ਵੀ, ਐਂਡ ਫਰੈਂਕਲੀ ਸਪੀਕਿੰਗ ਅਸੀਂ ਆਪ ਵੀ ਜ਼ਿਆਦਾ ਇਨਵੋਲਵ ਨਹੀਂ ਹੁੰਦੇ। ਹੁਣ ਟਾਈਮ ਇਹ ਆ ਗਿਆ ਵੀ ਸਾਨੂੰ ਇਨਵੋਲਵ ਹੋਣਾ ਚਾਹੀਦਾ ਹੈ, ਬਿਕੋਜ਼ ਵੀ ਨੀਡ ਦੈਟ ਪੋਲੀਟੀਕਲ। ਹੁਣ ਜਿਵੇਂ ਕੈਨੇਡਾ ਦਾ ਪਰਫੈਕਟ ਇਗਜ਼ਾਮਪਲ ਹੈ, ਉਹਦਾ ਜੋ ਪ੍ਰਾਈਮ ਮਿਨਿਸਟਰ ਸੀ ਉਹਨੇ ਖੁੱਲ੍ਹੇਆਮ ਕਿਹਾ, ਕਹਿੰਦੇ ਇੰਨੇ ਕੈਬਨਿਟ ਮਿਨਿਸਟਰ ਸਰਦਾਰ, ਮੇਰੇ ਕੈਬਨਿਟ ਜ਼ਿਆਦਾ ਆ, ਮੋਦੀ ਦੇ ਕੈਬਨਿਟ ਵਿੱਚ ਘੱਟ ਹੈ, ਵਿਚ ਇਜ਼ ਆਫਕੋਰਸ ਅ ਸਲੈਪ ਔਨ ਅ ਫੇਸ ਬੇਸਿਕਲੀ ਦੇਖਿਆ ਜਾਂਦਾ ਹੈ। ਬਟ ਅਗੇਨ ਅਮੈਰੀਕਾ ਹਾਲੇ ਡਿਵੈਲਪ ਹੋ ਰਿਹਾ, ਕਿਉਂਕਿ ਪਹਿਲੇ ਬੰਦੇ ਕੈਨੇਡਾ ਇੰਗਲੈਂਡ ਜ਼ਿਆਦਾ ਗਏ ਹੈ, ਉਹ ਉੱਥੇ ਕਾਫੀ ਸਾਲ ਤੋਂ ਹੈ, ਅਤੇ ਉਹ 3-4 ਜਨਰੇਸ਼ਨ ਉੱਥੇ ਗੁਜ਼ਾਰ ਚੁੱਕਿਆ ਹੈ। ਕੈਨੇਡਾ ਵਿੱਚ ਸੈਕਿੰਡ ਜਾਂ ਥਰਡ ਜਨਰੇਸ਼ਨ ਹੈ, ਹੌਲੀ ਹੌਲੀ ਮੇ ਬੀ ਨੈਕਸਟ ਜਨਰੇਸ਼ਨ ਵਿੱਚ ਅਸੀਂ ਦੇਖੂਗੇ ਵੀ ਸਿੱਖ ਧਾਰੀ ਪੂਰੇ ਸਿੱਖ ਰੂਪ ਕੈਬਨਿਟ ਵਿੱਚ ਜਾਣ, ਅਲੱਗ ਅਲੱਗ ਪੋਜੀਸ਼ਨ 'ਤੇ ਆਉਣ, ਵਿਚ ਵਿਲ ਬੀ ਵੈਰੀ ਹੈਲਪਫੁਲ ਫੋਰ ਐਵਰੀਬਾਡੀ। ਸੋ ਚਾਰ ਦੀਵਾਰੀ 'ਚੋਂ ਬਾਹਰ ਨਿਕਲ ਕੇ ਜਾਣ ਦੀ ਗੱਲ ਬਹੁਤ ਜ਼ਰੂਰੀ ਜਿਹੜੀ ਕਰ ਰਹੇ ਨੇ ਸਾਡੇ ਮਹਿਮਾਨ, ਇਸ ਵਾਸਤੇ ਵੀ ਹੈ ਕਿਉਂਕਿ ਅਸੀਂ ਲਗਾਤਾਰ ਜਿਹੜੇ ਇੰਸੀਡੈਂਟਸ ਦੇਖੇ ਨੇ, ਸਿੱਖ ਕਮਿਊਨਿਟੀ 'ਚ ਸਿੰਪੈਥੀ ਵੀ ਜਿਤਾਉਣੀ ਚਾਹੁੰਦੀ ਆ, ਸੈਂਡੀ ਹੁੱਕ ਵਰਗੇ ਇੰਸੀਡੈਂਟ ਹੁੰਦੇ ਨੇ ਤਾਂ ਉਹਦੀ ਅਰਦਾਸ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਂਦੀ ਹੈ, ਜਿੱਥੇ ਅਸਲ ਪੀੜਤ ਬੈਠੇ ਨੇ ਉਹਨਾਂ ਦੇ ਪਰਿਵਾਰਾਂ 'ਚ ਜਾ ਕੇ ਇਨਵੋਲਵਮੈਂਟ ਘੱਟ ਹੋਈ ਹੈ। ਮੈਂ ਇਹ ਜਾਣਨਾ ਚਾਹੁੰਦਾ ਦਿਲਪ੍ਰੀਤ ਜੀ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਅਸੀਂ 6 ਮਹੀਨੇ, ਸਾਲ, 2 ਸਾਲ ਦਾ ਵਿਜ਼ਨ ਦੇਖੀਏ ਤਾਂ ਤੁਸੀਂ ਰਲ ਕੇ ਕੀ ਕਰਨਾ ਚਾਹੁੰਦੇ ਹੋ? ਸਾਡੇ ਕੋਲ ਬਹੁਤ ਖੂਬਸੂਰਤ ਇਗਜ਼ਾਮਪਲਸ ਹੁਣ ਅਮੈਰੀਕਾ ਦੇ ਵਿੱਚ ਵੀ ਆ ਰਹੀਆਂ ਨੇ, ਗੁਰਿੰਦਰ ਸਿੰਘ ਖਾਲਸਾ ਵਰਗੇ ਲੋਕ ਬੈਠੇ ਹੋਏ ਨੇ ਜਿਨ੍ਹਾਂ ਨੇ ਪੂਰੇ ਸਟੇਟ ਦੇ ਵਿੱਚ, ਇੰਡੀਆਨਾ ਦੇ ਵਿੱਚ ਪੰਜਾਬੀ ਔਰ ਸਿੱਖਇਜ਼ਮ ਦੀ ਸਟੱਡੀ ਸ਼ੁਰੂ ਕਰਾ ਦਿੱਤੀ ਹੈ। ਸੋ ਆਈ ਗੋਇੰਗ ਟੂ ਸਟਾਰਟ ਲੋਬਿੰਗ ਅਬਾਊਟ ਦੋਜ਼ ਥਿੰਗਸ ਆਲਸੋ, ਲੈਂਗੁਏਜ, ਰਿਲੀਜੀਅਸ ਟੀਚਿੰਗਸ ਅਤੇ ਹੋਰ ਕੀ ਸੋਚ ਰਹੇ ਹੋ? ਐਬਸੋਲੂਟਲੀ, ਇੱਥੇ ਕਾਫੀ ਆਪਣੀ ਸੰਗਤ ਜਿਹੜੀ ਹੈਗੀ ਇਟਸ ਇਨਵੋਲਵ, ਜਿਹੜਾ ਕਿ ਕੋਲੋਰਾਡੋ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਨਾਲ ਵੀ ਸਿੱਖੀ ਜਿਹੜੀ ਹੈਗੀ ਉਹ ਕਰਿਕੁਲਮ ਵਿੱਚ ਲਿਆਉਣੀ,
So as saal de vich, I'm hoping very much be OJ aa jaye. And what's interesting is be kaafi sade jede school districts aa gaya ona de curriculum de vich likhya hoya, but they're not teaching this stuff. So hunda ki hai be haga ya, but it's not being taught properly. So assi onu correction di karan di koshish kar rahe hain. And in fact Colorado 6 jada we're involved, Douglas County School District jada kithe major school districts hai, unna de naal unna di teacher training kar rahe hain pichle 4 saalan ton. So hun takriban 30 40 teachers train ho gayi bhi sikhi kidda padhani hai. Assi also Colorado 6 jo hai ga, we're looking at hun legislature de vich bhi onu hun kidda influence karna. So ek we have a new student, a student nahi hai, a recent graduate hai, Noreen Singh. She is out there. That she's already established relationships with the state legislature. Then we are looking to make sure be there is proper legislation both on the education side and on other sides. Jeda ke sikhi nu respect the way. So we've already testified against do tin bills jede IC state legislature which are ke freedom of religion bills nu kende. Unfortunately, oh ek religious group hai ga jeda ke koshish kar raha bhi sada aave agge. Asi onna bills nu defeat kita hai ga. So sada objective hai ga ya oh. ਇੱਦਾਂ ਦੀਆਂ ਚੀਜ਼ਾਂ ਨੂੰ ਪਰਸੂ ਕਰਨਾ, ਬਟ ਮੋਰ ਇੰਪੋਰਟੈਂਟਲੀ ਜਿਹੜਾ ਕਿ ਇੰਟਰਫੇਥ ਸਾਈਡ ਹੈਗਾ ਉਹਨੂੰ ਡੈਫੀਨੇਟਲੀ ਕਰਨਾ, ਬਿਕੋਜ਼ ਜੇ ਉਹ ਨਾ ਹੋਇਆ ਤਾਂ ਆਪਣੇ ਰਿਲੇਸ਼ਨਸ਼ਿਪਸ ਨਹੀਂ ਬਣਦੇ. ਸੋ ਜਿਹੜੇ ਕਿ ਰਿਲੇਸ਼ਨਸ਼ਿਪਸ ਆਪਾਂ ਸਟਰੈਂਥਨ ਕੀਤੇ ਹੋਏ ਗੁਰਦੁਆਰੇ ਦੇ ਵਿੱਚ ਉਹ ਹੁਣ ਗਾਂ ਜਾ ਕੇ ਇੰਟਰਫੇਥ ਕਮਿਊਨਿਟੀ ਦੇ ਨਾਲ ਸਟਰੈਂਥਨ ਕਰਨੀ ਹੈਗੀ ਆ ਐਂਡ ਬੀ ਮੋਰ ਇਨਵੋਲਵ ਵਿਦ ਦੈਟ. ਸੋ ਸਾਡੇ ਜਿਹੜੇ ਕਿ ਹੁਣ ਕਾਲਰਾਡੋ 6 ਦੇ ਇਨ ਪਰਟੀਕੁਲਰ ਇੱਕ ਦੋ ਜਿਹੜੇ ਨਵੇਂ ਸੇਵਾਦਾਰ ਆਏ ਆ, ਦੇਅਰ ਫੋਕਸ ਇਜ਼ ਪਿਓਰਲੀ ਔਨ ਦ ਲੈਜਿਸਲੇਚਰ ਐਂਡ ਜਿਹੜਾ ਕਿ ਸਾਊਥ ਐਂਡ ਹੈਗਾ ਜਾਂ ਕਾਲਰਾਡੋ ਦਾ, ਬਿਕੋਜ਼ ਆਪਣੀ ਉੱਥੇ ਵੀ ਸੰਗਤ ਥੋੜ੍ਹੀ ਬਹੁਤ ਹੈਗੀ ਹੈ ਐਂਡ ਉੱਥੇ ਵੀ ਥੋੜ੍ਹੀ ਜਿਹੀ ਐਜੂਕੇਸ਼ਨ ਦੀ ਲੋੜ ਹੈਗੀ ਹੈ ਕਾਲਰਾਡੋ ਸਪ੍ਰਿੰਗਸ ਵੱਲ ਐਂਡ ਪੁਐਬਲੋ ਵਾਲੇ ਪਾਸੇ. ਸੋ ਦੈਟਸ ਦ ਪਲਾਨ ਫੋਰ ਦ ਨੈਕਸਟ ਲਿਟਲ ਵਾਈਲ. ਪਲੱਸ ਅਸੀਂ ਇਹ ਵੀ ਦੇਖ ਰਹੇ ਹੈਗੇ ਵੀ ਇੱਕ ਦੋ ਨਵੀਆਂ ਮੂਵੀਜ਼ ਆਈਆਂ ਜਿੱਦਾਂ ਹੁਣ ਅੰਡਰ ਦ ਟਰਬਨ ਹੈਗਾ ਆ, ਅਸੀਂ ਗਾਂ ਹੁਣ ਕਿੱਦਾਂ ਦੀਆਂ ਡਾਕੂਮੈਂਟਰੀਜ਼ ਉਹਨਾਂ ਨਾਲ ਕਿੱਦਾਂ ਕਰ ਸਕਦੇ, ਰਿਲੇਸ਼ਨਸ਼ਿਪ ਸਪਾਂਸਰਸ਼ਿਪ ਕਿੱਦਾਂ ਕਰ ਸਕਦੇ ਐਂਡ ਆਲਸੋ ਅਗਲੀਆਂ ਜਿਹੜੀਆਂ ਡਾਕੂਮੈਂਟਰੀਜ਼ ਹੈ ਉਹਨਾਂ ਨੂੰ ਕਿੱਦਾਂ ਇਨਫਲੂਐਂਸ ਕਰਨਾ. ਸੋ ਸਿੱਖੀ ਜਿਹੜੀ ਹੈਗੀ ਹੈ ਉਹਦਾ ਮੈਸੇਜ ਜਿਹੜਾ ਹੈਗਾ that becomes distributed through the mainstream American side, because America de vich sikhi jehdi it's still not as known as it should be. So that's our plan. Okay, mera aakhri sawal hai jehda kalla mera nahi hai, next generation to uth reya sawal hai jinna ne nagar kirtana de langran nu vekh ke sawal YouTube de utte kuch videos vi nazar aiyan ne jis naujawan bacche puchde nazar aaye ne ki assi ik din de vich 20-20, 30-30, 40-40 langar launne aa. ਅਤੇ ਸਾਡੇ ਏਰੀਆਜ਼ ਵਿੱਚ ਫਿਰ ਵੀ ਹੋਮਲੈਸ ਲੋਕ ਹੈਗੇ ਨੇ ਜਿਹੜੇ ਭੁੱਖੇ ਰਹਿੰਦੇ ਨੇ, ਅਸੀਂ ਉਹਨੂੰ ਲੌਂਗ ਟਰਮ ਸੋਲਿਊਸ਼ਨ ਦੇ ਤੌਰ 'ਤੇ ਕਿਉਂ ਨਹੀਂ ਲਿਆਉਂਦੇ. ਕੋਲੋਰਾਡੋ ਦੇ ਵਿੱਚ ਵੀ ਇਹ ਚੀਜ਼ਾਂ ਕੀਤੀਆਂ ਗਈਆਂ ਨੇ, ਤੁਸੀਂ ਸੰਗਤ ਦੇ ਨਾਲ ਰਲ ਕੇ ਬਰੀਤੋਜ਼ ਸਰਵ ਕੀਤੇ ਆ, ਬਟ ਵਟ ਆਈ ਨੀਡ ਟੂ ਨੋ ਇਜ਼ ਕਿ ਜਦੋਂ ਤੁਸੀਂ ਚਾਰ ਦੀਵਾਰੀ 'ਚੋਂ ਨਿਕਲਣ ਦੀ ਗੱਲ ਕਰ ਰਹੇ ਹੋ ਸਪਿਰਿਚੁਅਲੀ ਟੈਕਸਟ ਨੂੰ ਬਾਹਰ ਲਿਜਾਣ ਦੀ, ਕਨੈਕਟ ਕਰਨ ਦੀ, ਤਾਂ ਜਿਹੜੇ ਸਿੱਖ ਮਿਲੀਅਨ ਡਾਲਰ ਦੀਆਂ ਇਮਾਰਤਾਂ ਖੜੀਆਂ ਕਰ ਸਕਦੇ ਨੇ, ਉਹ ਜਿੱਥੇ ਰਹਿੰਦੇ ਨੇ ਉਸ ਏਰੀਆ 'ਚ ਕੋਈ ਹੋਮਲੈਸ ਕਿਉਂ ਰਹੇ, ਕੋਈ ਭੁੱਖਾ ਕਿਉਂ ਰਹੇ, ਇਸ ਗੱਲ ਦੇ ਉੱਤੇ ਇੱਕ ਡਿਬੇਟ ਕਿਉਂ ਨਹੀਂ ਛੱਡ ਰਹੀ? ਮੇਰੇ ਖਿਆਲ ਨਾਲ ਡਿਬੇਟ ਇਸ ਟਾਈਮ ਵੀ, ਕਿਉਂਕਿ ਜਿਵੇਂ ਮੈਂ ਪਹਿਲੇ ਦੱਸਿਆ ਵੀ ਅਸੀਂ ਲੰਗਰ ਨੂੰ ਅੰਦਰ ਚਾਰ ਦੀਵਾਰੇ ਵਿੱਚ ਰੱਖਿਆ ਹੋਇਆ ਹੈ, ਅਤੇ ਵੈਸੇ ਹੁਣ ਉਪਰਾਲਾ ਕੀਤਾ ਇੱਕ ਸੰਸਥਾ ਨੇ ਜੋ ਫੀਡ ਦਾ ਹੰਗਰੀ ਟਰੱਕ ਉਹਨਾਂ ਨੇ ਸਟਾਰਟ ਕੀਤਾ ਹੈ. ਹਾਲੇ ਇਨੀਸ਼ੀਅਲ ਸਟੇਜ ਵਿੱਚ ਹੈ, ਬਟ ਟਰੱਕ ਤਿਆਰ ਹੋ ਗਿਆ, ਬਟ ਹਾਲੇ ਤੱਕ ਰੋਡ 'ਤੇ ਗਿਆ ਨਹੀਂ. ਬਟ ਇਜ਼ਨਟ ਇਟ ਸਰਪ੍ਰਾਈਜ਼ਿੰਗ ਕਿ ਹਾਲੇ ਸਾਨੂੰ ਸੋਚਣਾ ਪੈ ਰਿਹਾ? ਆਸਟ੍ਰੇਲੀਆ 'ਚ, ਕੈਨੇਡਾ 'ਚ ਇਸ ਤਰ੍ਹਾਂ ਦੇ ਟਰੱਕ ਰੈਗੂਲਰ ਚੱਲ ਰਹੇ ਨੇ, ਲੰਡਨ 'ਚ, ਬਰਮਿੰਗਮ 'ਚ ਚੱਲ ਰਹੇ ਨੇ. ਖਾਲਸਾ ਏਡ ਵਰਗੀ ਆਰਗਨਾਈਜੇਸ਼ਨ ਹੈ ਰਵੀ ਸਿੰਘ ਜਿਨ੍ਹਾਂ ਦਾ ਵਿਰੋਧ ਵੀ ਹੁੰਦਾ, ਉਹਦੇ ਬਾਵਜੂਦ ਉਹ ਸਿਰਫ ਔਰ ਸਿਰਫ ਗਰੀਬਾਂ ਨੂੰ ਜਾਂ ਜੰਗ ਦੇ ਮਾਰੇ ਹੋਏ ਲੋਕਾਂ ਨੂੰ ਸਰਵ ਕਰਦੇ ਨੇ ਜਾ ਕੇ. ਸੋ ਬਾਕੀ ਕਮਿਊਨਿਟੀ ਕਿਉਂ ਸੁੱਤੀ ਪਈ ਹੈ? ਜੋ ਸਪੋਰਟ ਹੈ ਨਾ ਕਮਿਊਨਿਟੀ ਦਾ, ਕਿਉਂਕਿ ਕਮਿਊਨਿਟੀ ਸਾਡੀ ਵੰਡੀ ਜਾਂਦੀ ਹੈ ਬੜੀ ਈਜ਼ਲੀ. ਇੱਕ ਪਾਸੇ ਤੁਸੀਂ ਜੇ ਦੇਖੋ ਤਾਂ ਦੋ ਦੋ ਤਿੰਨ ਤਿੰਨ ਚਾਰ ਚਾਰ ਅਸੀਂ ਲੰਗਰ ਕਰਦੇ ਹਾਂ ਹਫ਼ਤੇ ਵਿੱਚ, ਬਟ ਉਹਦੇ ਵਿੱਚੋਂ ਜੇ ਇੱਕ ਲੰਗਰ ਵੀ ਅਸੀਂ ਬਾਹਰ ਲੈ ਜਾਈਏ ਤਾਂ ਉਹਦਾ ਇੰਪੈਕਟ ਸੋਚੋ ਤੁਸੀਂ. ਯੂ ਬਲੀਵ ਕਾਸਟਿਜ਼ਮ ਹੈਗਾ ਸਾਡੀ ਕਮਿਊਨਿਟੀ 'ਚ ਹਾਲੇ ਵੀ? ਡੈਫੀਨੇਟਲੀ ਡੈਫੀਨੇਟਲੀ, ਕਿਉਂਕਿ ਹਾਲੇ ਵੀ ਬੰਦੇ ਇਹਨਾਂ ਦਾ ਲਾਸਟ ਨੇਮ ਇਹ ਹੈ, ਇਹਨਾਂ ਦਾ ਲਾਸਟ ਨੇਮ ਇਹ, ਇਹਨਾਂ ਦਾ ਲਾਸਟ ਨੇਮ ਇਹ ਹੈ, ਇਸ ਹਿਸਾਬ ਨਾਲ ਚੱਲ ਗੁਰਦੁਆਰਾ ਉਸ ਹਿਸਾਬ ਚੱਲੇਗਾ, ਗੁਰਦੁਆਰਾ ਉਸ ਹਿਸਾਬ ਨਾਲ ਚੱਲੇਗਾ. ਤੁਸੀਂ ਜੇ ਇਕੱਠੇ ਮਿਲ ਕੇ ਕਰੋ ਕੰਮ, ਜੇ ਸਾਰੇ ਗੁਰਦੁਆਰੇ ਇਕੱਠੇ ਮਿਲਣ, ਸਾਰੇ ਗੁਰਦੁਆਰੇ ਸਪੋਜ਼ ਜੇ ਆਰਗੂਮੈਂਟ ਵਾਸਤੇ ਜੇ ਤੁਸੀਂ ਤਿੰਨ ਗੁਰਦੁਆਰੇ ਇੱਥੇ ਹੈ, ਤਿੰਨ ਗੁਰਦੁਆਰੇ ਇਕੱਠੇ ਕਰ ਲਓ, ਇੱਕ ਹਫ਼ਤਾ ਤੁਸੀਂ ਜੇ ਤੁਸੀਂ ਬਾਹਰ ਜਾ ਕੇ ਕਰੋ ਲੰਗਰ ਦਾ ਸੇਵਾ ਹੋਮਲੈਸ ਨੂੰ, ਤੁਸੀਂ ਜਿਵੇਂ ਅਸੀਂ ਫੀਡ ਦਾ ਹੰਗਰੀ ਇਵੈਂਟ ਕੀਤਾ ਸੀ ਪਹਿਲੇ, ਸੇਮ ਪਰ ਇਨੀਸ਼ੀਏਟਿਵ ਕੌਣ ਲਵੇ? ਤੁਸੀਂ ਵੀ ਉਹਨਾਂ 'ਚੋਂ? ਇਨੀਸ਼ੀਏਟਿਵ ਉਹਨਾਂ ਸਾਰਿਆਂ ਨੇ ਲੈਣਾ ਪੈਂਦਾ, ਅਸੀਂ ਸਟਾਰਟ ਕਰ ਸਕਦੇ ਹਾਂ ਡੈਫੀਨੇਟਲੀ, ਸਟਾਰਟ ਅਸੀਂ ਕੀਤਾ ਵੀ ਹੈ, ਇੱਕ ਇਵੈਂਟ ਹੈ, ਇੱਕ ਇਵੈਂਟ ਹੋਰ ਆਉਣਾ ਹਾਲੇ ਫੀਡ ਦਾ ਹੰਗਰੀ ਇਵੈਂਟ, ਥੈਂਕਸ ਟੂ ਦਿਲਪ੍ਰੀਤ ਸਿੰਘ ਐਂਡ ਦ ਇੰਟਰਫੇਥ ਆਰਗਨਾਈਜੇਸ਼ਨ, ਬਟ ਜੋ ਸਪੋਰਟ ਹੈ ਨਾ ਉਹ ਡਿਵਾਈਡਡ ਹੈ. ਜੇ ਸਪੋਰਟ ਹੋ ਜਾਏ ਨਾ ਸਾਰਿਆਂ ਦਾ ਇਕੱਠਾ, ਦੈਨ ਆਈ ਡੋਂਟ ਥਿੰਕ ਵੀ ਕੈਨ ਸਟਾਪ ਇਟ. ਦਿਲਪ੍ਰੀਤ ਜੀ, ਕੰਕਲੂਡਿੰਗ ਰਿਮਾਰਕ. ਯੂ ਨੋ, ਆਈ ਥਿੰਕ ਆਈਲ ਬੀ ਡਾਇਰੈਕਟ ਤੁਹਾਡੇ ਨਾਲ.
ਆਈ ਥਿੰਕ ਵੀ ਫਰਗਾਟ ਲੰਗਰ ਕਾਹਦੇ ਬਾਰੇ ਆ ਯਾ ਸੋ ਹੋ ਕੇ ਗਿਆ ਹੈਗਾ ਲੰਗਰ ਜਿਹੜਾ ਹੈਗਾ ਵੀ ਟੋਟਲੀ ਫਰਗਾਟਨ ਦ ਮੈਸੇਜ ਆਫ ਦ ਗੁਰੂ ਦ ਮੈਸੇਜ ਆਫ ਦ ਗੁਰੂ ਵਾਜ਼ ਟੂ ਫੀਡ ਪੀਪਲ ਫੀਡ ਦ ਨੀਡੀ ਐਂਡ ਟੂ ਪੁਸ਼ ਫੋਰ ਇਕੁਆਲਿਟੀ ਗਰੀਬ ਦਾ ਮੂੰਹ ਗੁਰੂ ਦੀ ਗੋਦ ਐਗਜ਼ੈਕਟਲੀ ਸੋ ਉਹ ਜਿਹੜਾ ਸਾਰਾ ਹੈਗਾ ਉਹ ਆਪਾਂ ਭੁੱਲ ਗਏ ਹਾਂ ਸੋ ਆਈ ਵਿਲ ਬੀ ਡਾਇਰੈਕਟ ਦੈਟ ਇਜ਼ ਦ ਕੀ ਚੈਲੰਜ ਵੀ ਹੈ ਮੇਰੇ ਇਨਫੈਕਟ ਮੇਰੀਆਂ ਬੇਟੀਆਂ ਹੁਣ ਟੀਨੇਜਰਸ ਹੈਗੀਆਂ ਉਹ ਇੱਦਾਂ ਦੇ ਕੁਐਸਚਨਸ ਜਿਹੜੇ ਆ ਦੇ ਆਰ ਆਸਕਿੰਗ ਟਫ ਕੁਐਸਚਨਸ ਵੀ ਯੂ ਨੋ ਤੁਸੀਂ ਆ ਲੰਗਰ ਕਰ ਯੂਟਿਊਬ ਤੇ ਫੇਸਬੁਕ ਤੇ ਕੁਐਸਚਨਸ ਆ ਰਹੇ ਨੇ ਉਹ ਹੀ ਪਾ ਰਹੇ ਨੇ ਇਸ ਵੇਲੇ ਅਗਲੀ ਜਨਰੇਸ਼ਨ ਕਹਿੰਦੀ ਵੀ ਤੁਸੀਂ ਕੀ ਕਰ ਰਹੇ ਹੈਗੇ ਐਂਡ ਇਨ ਫੈਕਟ ਵਟ ਦੇ ਆਰ ਸੇਇੰਗ ਇਜ਼ ਤੁਸੀਂ ਗੁਰੂ ਦਾ ਮੈਸੇਜ ਭੁੱਲ ਗਿਆ ਟੋਟਲੀ ਤੁਸੀਂ ਭੁੱਲ ਗਏ ਹੋ ਸੋ ਇਸ ਕਰਕੇ ਆਈ ਥਿੰਕ ਦੈਟਸ ਦ ਚੈਲੰਜ ਵੀ ਹੈਵ ਆਈ ਥਿੰਕ ਵੀਰ ਜੀ ਇਜ਼ ਰਾਈਟ ਵੀ ਆਪਣੀ ਕਮਿਊਨਿਟੀ ਡਿਵਾਈਡਡ ਵੀ ਹੈਗੀ ਹੈ ਪਰ ਆਈ ਥਿੰਕ ਵੀ ਆਰ ਡਿਵਾਈਡਡ ਔਨ ਵੀ ਫਰਗਾਟਨ ਦ ਮੈਸੇਜ ਗੁਰੂ ਦਾ ਮੈਸੇਜ ਕੀ ਸੀਗਾ ਆਪਾਂ ਲੰਗਰ ਦਾ ਓਰਿਜਨਲ ਜਿਹੜਾ ਪਰਪਸ ਹੈਗਾ ਉਹ ਆਪਾਂ ਉਹਨੂੰ ਨਹੀਂ ਪੂਰਾ ਕਰ ਰਿਹਾ ਹੈਗੇ ਐਂਡ ਆਈ ਥਿੰਕ ਦ ਮਿਨਟ ਵੀ ਵੇਕ ਅਪ ਐਂਡ ਵੀ ਆਨਸਰ ਆਪਣੇ ਨੈਕਸਟ ਜਨਰੇਸ਼ਨ ਕਿਡਸ ਉਹਨਾਂ ਦੇ ਕੁਐਸਚਨਸ ਆਈ ਥਿੰਕ ਵਿਲ ਬੀ ਫੋਰਸ ਟੂ ਡੂ ਸਮਥਿੰਗ ਮੋਰ ਦੈਨ ਵੀਅਰ ਡੂਇੰਗ ਟੂਡੇ ਬਟ ਵੀਰ ਜੀ ਯੂਅਰ ਐਬਸੋਲੂਟਲੀ ਰਾਈਟ ਇਹ ਜਿਹੜੇ ਸਾਰੇ ਹੈਗੇ ਆ ਪਰਸਨਲੀ ਆਈ ਲਾਈਕ ਨਗਰ ਕੀਰਤਨਸ ਬਟ ਮੈਂ ਉਹ ਸਾਰਾ ਐਕਸਪੈਂਡੀਚਰ ਦੇਖਦਾ ਅਤੇ ਆਮ ਲਾਈਕ ਵਟ ਕੁਡ ਦ ਸੰਗਤ ਡੂ ਵਿਦ ਦੈਟ ਕਾਇੰਡ ਆਫ ਮਨੀ ਵਿਦ ਦੀ ਪਾਵਰ ਦੈਟ ਵੀ ਹੈਵ ਐਜ਼ ਅ ਸਿੱਖ ਕਮਿਊਨਿਟੀ What could we do to eradicate hunger in Colorado, for example, or to make sure that at least one night, hafte de vich, koi jana bhukha nahi ja raha. And there's countless homeless people on the street here. There's over 8,000 homeless people and tens of thousands of hungry people in this state. So the question is, what can we do? And I'm not sure how late we're there, but I think we are moving in that direction, unfortunately, a little too slowly. So, kuch walaan de jawab asi land ture si aur ਕੁਛ ਸਵਾਲ ਉਹਦੇ ਵਿੱਚ ਹੋਰ ਇਕੱਠੇ ਹੋਏ ਨੇ ਪਰ ਹੋਪਫੁਲੀ ਇਹਨਾਂ ਸਵਾਲਾਂ ਦੇ ਜਵਾਬ ਲੈਂਦੇ ਲੈਂਦੇ ਹੀ ਜਿਹੜੇ ਚੈਲੰਜਸ ਸਿੱਖ ਕਮਿਊਨਿਟੀ ਫੇਸ ਕਰ ਰਹੀ ਹੈ ਉਹ ਵੀ ਮਿਲ ਜਾਣਗੇ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਿਲਪ੍ਰੀਤ ਜੀ ਜਸਿੰਦਰਪਾਲ ਜੀ ਆਪਣਾ ਵਕਤ ਕੱਢਣ ਦੇ ਵਾਸਤੇ ਔਰ ਅਸੀਂ ਫਿਰ ਇਸੇ ਤਰ੍ਹਾਂ ਕਿਸੇ ਖਾਸ ਮੁਲਾਕਾਤ ਦੇ ਨਾਲ ਤੁਹਾਨੂੰ ਜੁੜਾਂਗੇ ਫਿਲਹਾਲ ਸਾਡੇ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ